ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜ਼ੀਆ ਮੈਲੋਨੀ ਤੋਂ ਜੂਨ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਿਆ। ਦੱਸਦੇ ਕਿ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੋਦੀ ਨੇ ਵੀਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਗੱਲਬਾਤ ਕੀਤੀ ਤੇ ਜੂਨ 'ਚ ਪੁਗਲਿਆ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਲਈ ਸੱਦਾ ਦੇਣ ਦੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ ਹੈ। ਤਾਂ ਪ੍ਰਧਾਨ ਮੰਤਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਆਪਣੇ ਐਕਸ ਦੇ ਉੱਤੇ ਤੇ ਪੋਸਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਮੈਲੋਨੀ ਤੇ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ 79ਵੀਂ ਵਰ੍ਹੇਗੰਢ ਦੇ ਉੱਤੇ ਵਧਾਈ ਦਿੱਤੀ ਹੈ। ਤਾਂ ਮੋਦੀ ਨੇ ਇਸ ਦੇ ਨਾਲ ਕਿਹਾ ਹੈ ਕਿ ਜੂਨ 'ਚ G7 ਸਿਖਰ ਸੰਮੇਲਨ ਦੇ ਵਿੱਚ ਮੈਨੂੰ ਸੱਦਾ ਦੇਣ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਰਤ 'ਚ ਆਯੋਜਿਤ G20 ਦੇ ਨਤੀਜਿਆਂ ਨੂੰ G7 ਤੱਕ ਅੱਗੇ ਲਿਜਾਉਣ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜ਼ੀਆ ਮੈਲੋਨੀ ਤੋਂ ਜੂਨ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਿਆ। ਦੱਸਦੇ ਕਿ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੋਦੀ ਨੇ ਵੀਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਗੱਲਬਾਤ ਕੀਤੀ ਤੇ ਜੂਨ 'ਚ ਪੁਗਲਿਆ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਲਈ ਸੱਦਾ ਦੇਣ ਦੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ ਹੈ। ਤਾਂ ਪ੍ਰਧਾਨ ਮੰਤਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਆਪਣੇ ਐਕਸ ਦੇ ਉੱਤੇ ਤੇ ਪੋਸਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਮੈਲੋਨੀ ਤੇ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ 79ਵੀਂ ਵਰ੍ਹੇਗੰਢ ਦੇ ਉੱਤੇ ਵਧਾਈ ਦਿੱਤੀ ਹੈ। ਤਾਂ ਮੋਦੀ ਨੇ ਇਸ ਦੇ ਨਾਲ ਕਿਹਾ ਹੈ ਕਿ ਜੂਨ 'ਚ G7 ਸਿਖਰ ਸੰਮੇਲਨ ਦੇ ਵਿੱਚ ਮੈਨੂੰ ਸੱਦਾ ਦੇਣ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਰਤ 'ਚ ਆਯੋਜਿਤ G20 ਦੇ ਨਤੀਜਿਆਂ ਨੂੰ G7 ਤੱਕ ਅੱਗੇ ਲਿਜਾਉਣ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜ਼ੀਆ ਮੈਲੋਨੀ ਤੋਂ ਜੂਨ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਿਆ। ਦੱਸਦੇ ਕਿ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੋਦੀ ਨੇ ਵੀਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਗੱਲਬਾਤ ਕੀਤੀ ਤੇ ਜੂਨ 'ਚ ਪੁਗਲਿਆ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਲਈ ਸੱਦਾ ਦੇਣ ਦੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ ਹੈ। ਤਾਂ ਪ੍ਰਧਾਨ ਮੰਤਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਆਪਣੇ ਐਕਸ ਦੇ ਉੱਤੇ ਤੇ ਪੋਸਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਮੈਲੋਨੀ ਤੇ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ 79ਵੀਂ ਵਰ੍ਹੇਗੰਢ ਦੇ ਉੱਤੇ ਵਧਾਈ ਦਿੱਤੀ ਹੈ। ਤਾਂ ਮੋਦੀ ਨੇ ਇਸ ਦੇ ਨਾਲ ਕਿਹਾ ਹੈ ਕਿ ਜੂਨ 'ਚ G7 ਸਿਖਰ ਸੰਮੇਲਨ ਦੇ ਵਿੱਚ ਮੈਨੂੰ ਸੱਦਾ ਦੇਣ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਰਤ 'ਚ ਆਯੋਜਿਤ G20 ਦੇ ਨਤੀਜਿਆਂ ਨੂੰ G7 ਤੱਕ ਅੱਗੇ ਲਿਜਾਉਣ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜ਼ੀਆ ਮੈਲੋਨੀ ਤੋਂ ਜੂਨ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਦਾ ਸੱਦਾ ਮਿਲਿਆ। ਦੱਸਦੇ ਕਿ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਮੋਦੀ ਨੇ ਵੀਰਵਾਰ ਨੂੰ ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਦੇ ਨਾਲ ਗੱਲਬਾਤ ਕੀਤੀ ਤੇ ਜੂਨ 'ਚ ਪੁਗਲਿਆ 'ਚ ਹੋਣ ਵਾਲੇ G7 ਸਿਖਰ ਸੰਮੇਲਨ ਦੇ ਲਈ ਸੱਦਾ ਦੇਣ ਦੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ ਹੈ। ਤਾਂ ਪ੍ਰਧਾਨ ਮੰਤਰੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਆਪਣੇ ਐਕਸ ਦੇ ਉੱਤੇ ਤੇ ਪੋਸਟ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੇ ਮੈਲੋਨੀ ਤੇ ਇਟਲੀ ਦੇ ਲੋਕਾਂ ਨੂੰ ਇਟਲੀ ਦੇ ਮੁਕਤੀ ਦਿਵਸ 79ਵੀਂ ਵਰ੍ਹੇਗੰਢ ਦੇ ਉੱਤੇ ਵਧਾਈ ਦਿੱਤੀ ਹੈ। ਤਾਂ ਮੋਦੀ ਨੇ ਇਸ ਦੇ ਨਾਲ ਕਿਹਾ ਹੈ ਕਿ ਜੂਨ 'ਚ G7 ਸਿਖਰ ਸੰਮੇਲਨ ਦੇ ਵਿੱਚ ਮੈਨੂੰ ਸੱਦਾ ਦੇਣ ਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਰਤ 'ਚ ਆਯੋਜਿਤ G20 ਦੇ ਨਤੀਜਿਆਂ ਨੂੰ G7 ਤੱਕ ਅੱਗੇ ਲਿਜਾਉਣ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਰਣਨੀਤਿਕ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ।